ਹਾਂਜੀ ਸਾਸਤਰੀਕਾਲ ਸਾਰੇ ਭਰਾਵਾਂ ਨੂੰ ਤੇ ਦੋਸਤੋ ਅੱਜ ਮੈਂ ਪਿੱਛੋਂ ਨਾ ਮਾਖੇਪਿੰਡ ਤੋਂ ਆ ਰਿਹਾ ਸੀ ਤੇ ਰਾਪਰਵੱਲ ਮੈਂ ਆਖਿਆ ਰਾਪਰਵੱਲ ਲੰਘਦੇ ਜਿੰਦੂ ਰਾਜ ਬੂਟੇ ਦਾ ਘਰ ਹੁੰਦਾ ਕੋੜੀਆਂ ਵਾਲੇ ਭਰਾ ਦਾ ਬੂਟੇ ਨੂੰ ਜਦੋਂ ਫੋਨ ਲਾਇਆ ਤਾਂ ਕਹਿੰਦਾ ਬਈ ਸਪਰੇਅ ਕਰੀ ਜੰਨਾ ਮੈਂ ਆਖਿਆ ਬੂਟੇ ਬਈ ਫੇਰ ਐ ਕਰ ਵੀਡੀਓ ਬਣਾ ਲੈਣ ਅੱਜ ਜੇ ਟਾਈਮ ਹੈਗਾ ਕਹਿੰਦਾ ਬਈ ਟਾਈਮ ਤਾਂ ਹੈ ਨਹੀਂਗਾ ਸਪਰੇਅ ਕਰੀ ਜੰਨਾ ਪਰ ਜੇ ਤੂੰ ਆਇਆਂਗਾ ਤਾਂ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਆਹ ਦੇਖ ਲਓ ਭਰਾ ਨਾ ਫੋਨ ਕਰਨ ਅਨਸਾਰ ਫੇਰ ਵੀ ਵਿਚੇ ਕੰਮ ਛੱਡ ਕੇ ਆਇਆਗਾ ਬੂਟਾ ਤੇ ਬਾਕੀ ਜਿਹੜੇ ਬੂਟੇ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਹੀ ਹੈ ਵੀ ਬੂਟਾ ਜਾ ਰਹੀਂ ਨਮਾਉਂਦਾ ਜਿਵੇਂ ਕਿਸੇ ਭਰਾ ਨੇ ਕਹਿਤਾ ਕਹਿੰਦਾ ਕੋਈ ਗੱਲ ਨਹੀਂ ਤੇ ਹੁਣ ਸੋਨੂੰ ਆਪਾਂ ਬੂਟੇ ਦਾ ਉਹ ਘੋੜਾ ਦਿਖਾਉਣਾ ਜਿਹਦੇ ਕਰਕੇ ਬੂਟਾ ਚਰਚਾ ਕਰ ਆ ਆ ਬੂਟੇ ਦਾ ਘੋੜਾ ਹੈ ਭਾਈ ਤੇ ਜਿਹੜਾ ਘੋੜੇ ਦੇ ਉੱਤੇ ਜਵਾਕ ਬੈਠਾ ਨਾ ਇਹ ਜਵਾਕ ਦੀ ਜिद ਕਰਕੇ ਇਸ ਘੋੜੇ ਨੇ ਇਹਨਾਂ ਦੇ ਘਰੇ ਜਨਮ ਲਿਆ ਕਿਉਂਕਿ ਜਵਾਕ ਨੇ ਕਿਹਾ ਸੀ ਤੇ ਪਾਪਾ ਪਾ ਘੋੜੀ ਲਿਆਉਣੀ ਆ ਤੇ ਜਵਾਕ ਬਿਮਾਰ ਸੀ ਤਾਂ ਕਰਕੇ ਬੂਟੇ ਨੇ ਘੋੜੀ ਲਿਆਂਦੀ ਤੇ ਉਸ ਤੋਂ ਬਾਅਦ ਫਿਰ ਆਹ ਗਿਫਟ ਮਿਲਿਆ ਇਹਨਾਂ ਨੂੰ ਘੋੜੇ ਨੇ ਜਨਮ ਲਏ ਨਾ ਦੇ ਘਰੇ ਤੇ ਬੂਟਾ ਕਹਿੰਦਾ ਬਾਈ ਘੋੜੇ ਨੇ ਜਮਾ ਚਰਚਾ ਹੀ ਕਰਾਤਾ ਤੇ ਜਿਹੜੇ ਬੰਦੇ ਘੋੜੀਆਂ ਰੱਖਣ ਵਾਲੇ ਆ ਉਹਨਾਂ ਨੂੰ ਪਤਾ ਹੀ ਹੈ ਵੀ ਬੂਟੇ ਦਾ ਅੱਜ ਦੀ ਘੜੀ ਕਿੰਨਾ ਕ ਨਾਮ ਹੈ ਤੇ ਹੁਣ ਆਪਾਂ ਬੂਟੇ ਨਾਲ ਗੱਲ ਕਰਦੇ ਆਂ ਜੀ ਬਾਈ ਸਸਰੀਕਾਲ ਸਾਰੇ ਭਰਾਵਾਂ ਨੂੰ ਤੇ ਸਾਨੂੰ ਆਪਾਂ ਦੱਸਿਆ ਪਹਿਲਾਂ ਨਾ ਪਹੁੰਚੇ ਹੋਇਆ ਪਿੰਡ ਰਾਪਰ ਬਾਈ ਬੂਟੇ ਘੋੜੀਆਂ ਵਾਲੇ ਕੋਲੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਘੋੜੇ ਦੀ ਜਿਹੜੀ ਜਗ੍ਹਾ ਬਣਾਈ ਆ ਬਾਈ ਨੇ ਨਾ ਉਹ ਦਿਖਾਈ ਗਈ ਆ ਦੇਖ ਲਓ ਜਾਲੀ ਲਾ ਕੇ ਪੂਰੀ ਘੈਂਟ ਜਗ੍ਹਾ ਬਣਾਈ ਆ ਬਾਈ ਨੇ ਤੇ ਬਾਕੀ ਬਾਈ ਨਾਲ ਕਰਦੇ ਆਂ ਬੂਟੇ ਨਾਲ ਗੱਲਬਾਤ हां भाई बूटे की हाल ने बढ़िया भाई बड़ा ऊची बोली मेरा परा चंगा ते बूटे भाई सबसे पहला ये दस तेरा ਪਿੰਡ ਕਿੱਥੇ ਜੇ ਰਹ ਜਾਂਦਾ ਕਿਉਂਕਿ ਬੰਦਿਆਂ ਨੂੰ ਪਤਾ ਲੱਗੇ ਪਿੰਡ ਮੇਰਾ ভাই ਮਾਨਸਾ ਦੇ ਕੋਲੇ ਪਿੰਡਾ ਮੂਸੇ ਦੇ ਕੋਲੇ ਜਿਹੜਾ ਮਾਨਸਾ ਪਿੰਡ ਰਾ ਪਰਮਾਕਾ ਠੀਕ ਹੈ भाई ਤੇ ਭਾਈ ਤੈਨੂੰ ਜਿਹੜਾ ਘੋੜਿਆਂ ਦਾ ਸ਼ੌਂਕ ਹੈ ਕਿਵੇਂ ਤੇ ਕਦੋਂ ਪਿਆ ਚਾਹਉਂਦਾ ਬਾਈ ਨਹੀਂ ਸੀ ਘੋੜੀਆਂ ਦਾ ਤਾਂ ਇੱਕ ਬੇਟਾ ਸੀ ਆਪਣਾ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦਾ ਠੀਕ ਹੈ ਬਾਈ ਤੇ ਇਹਦੇ ਚੰਗੇ ਰੁਪਏ ਮੰਗਦੇ ਡਾਕਟਰ ਵੀ ਕਈ ਲੱਖ ਰੁਪਏ ਰੁਪਏ ਵਾਲੇ ਮੰਗਦੇ ਸੀ ਹਾਂਜੀ ਹਾਂਜੀ ਠੀਕ ਹੈ ਬਾਈ ਅੱਛਾ ਉਹ ਤੋਂ ਆ ਬਹੁਤ ਤਰੈ ਗਿਰਾ ਉਹਨਾਂ ਪਰਾਂ ਵੀ ਗਿਆ ਹੌਲੀ ਹੌਲੀ ਇਹ ਕਹੇ ਮੈਨੂੰ ਘੋੜੀ ਲੈ ਕੇ ਦੇ ਦੇ ਅੱਛਾ ਆਹੀ ਮੁੰਡਾ ਬਾਈ ਆਹੀ ਮੁੰਡਾ ਬਾਈ ਠੀਕ ਹੈ ਬਾਈ ਤੇ ਇੱਥੇ ਅਗਲੇ ਖੇਤਲ ਮੰਡੀ ਆਪਣੇ ਮਿੱਤਰਾਂ ਕੋਲ ਘੋੜੀ ਸੀ ਠੀਕ ਹੈ ਬਾਈ ਉਹ ਲੈ ਕੇ ਆ ਜਾਂਦੇ ਬਸ ਇਹਦੀ ਉਹੀ ਗੱਲ ਸੀ ਹਰੇਕ ਵੀਡੀਓ ਵਿੱਚ ਮੈਂ ਸੱਚੀ ਗੱਲ ਹੀ ਦੱਸਦਾ ਹਾਂ ਬਾਈ ਇਹ ਕਹਿੰਦਾ ਹੈਗਾ ਮੈਂ ਘੋੜੀ ਲੈਣੀ ਹੈ ਮੈਂ ਕਿਹਾ ਚੱਲ 10 ਲੱਖ ਰੁਪਏ ਡਾਕਟਰ ਮੰਗੀ ਜਾਂਦੇ ਠੀਕ ਹੈ ਪਰ ਕੀ ਗੱਲ ਹੈ ਮਤਲਬ ਕਿ ਡਾਕਟਰ ਤੇ ਬਾਈ 6 ਲੱਖ ਮੰਗਿਆ ਸੀ ਮੁੰਡੇ ਦੇ ਇਲਾਜ ਦਾ ਹੈ ਇਹਦੇ ਦਾ ਤੇ ਬਾਈ ਕੀ ਹੋਇਆ ਸੀ ਮੁੰਡੇ ਨੂੰ ਇਹਨੂੰ ਵੀ ਪਹਿਲਾਂ ਤਾਂ ਫੈਕਸ਼ਨ ਹੋ ਗਈ ਸੀ ਖੂਨ ਦੇ ਵਿੱਚ ਇਹਦੇ ਠੀਕ ਹੈ ਬਾਈ ਜੋ ਥੱਲੇ ਖੇਡਣਾ ਇਹਦਾ ਫੈਕਸ਼ਨ ਹੋ ਜਾਂਦੀ ਸੀ ਠੀਕ ਹੈ ਉਸ ਤੋਂ ਬਾਅਦ ਬਾਈ ਇਹ 7-8 ਦਿਨ ਦਾਖਲ 8 ਦਿਨ 9 ਦਿਨ 7 ਦਿਨ ਦਾਖਲ ਰੱਖਣੇ ਰੱਖਣਾ ਪੈਂਦਾ ਮਤਲਬ ਕਿ ਦਾਖਲ ਰਹਿੰਦਾ ਸੀ ਹਾਂਜੀ ਹਾਂਜੀ ਮਾਨਸਾ ਜਿੰਨੇ ਡਾਕਟਰ ਮਸ਼ਹੂਰ ਉੱਥੇ ਠੀਕ ਹੈ ਮੰਡੀ ਸਾਹਿਬ ਉਹ ਬਟੇਂਡਾ ਹਾਂ ਭਾਈ ਤੇ ਪਟਿਆਲਾ ਰਜੇਂਦਰਾਚਨ ਜਣੇੜ ਮੈਂ ਬਹੁਤ ਤੋਂ ਕੇ ਆ ਤੇ ਸਰਸੇ ਵੀ ਵਈ ਗਿਆ ਠੀਕ ਹੈ ਭਾਈ ਤੇ ਫਿਰ ਭਾਈ ਇਹਦਾ ਆਪਰੇਸ਼ਨ ਹੋਇਆ ਸਰਸੇ ਦਾ ਆਪਰੇਸ਼ਨ ਹੋਇਆ ਸੀ ਹਾਂਜੀ ਹਾਂਜੀ ਠੀਕ ਹੈ ਭਾਈ ਫਿਰ ਮਤਲਬ ਕਿ ਇਹਦੇ ਕਰਕੇ ਤੂੰ ਘੋੜੀ ਲੈਂਦੀ ਹਾਂਜੀ ਫਿਰ ਇਹਦੇ ਕਹਿਣਾ ਕਿ ਮੈਂ ਫਿਰ ਡਾਕਟਰ ਵੀ ਮੰਗੀ ਜਾਂਦੇ ਆ ਆਹ ਖੜੀ ਹੈ ਘੋੜੀ ਆਹੀ ਲੈਂਦੀ ਹੈ ਭਾਈ ਸਾਹਮਣੇ ਘੋੜੀ ਭਾਈ ਉੱਪਰ ਲਾਈ ਸਾਈਡ ਖੜੀ ਹੈ ਪਰੇ ਖੜੀ ਹੈ ਉਹ ਘੋੜੀ ਦੇ ਉਹ ਵੀ ਆਪਾਂ ਵੀਡੀਓ ਚ ਦਿਖਾਵਾਂਗੇ ਤੇ ਬੂਟੇ ਭਾਈ ਆਹ ਘੋੜੇ ਬਾਰੇ ਦੱਸ ਜਿਹੜਾ ਬੱਚਾ ਨਾ ਤੇਰੇ ਕੋਲੇ ਇਹਦੇ ਬਾਰੇ ਦੱਸ ਇਹਦੀ ਹਾਈਟ ਕਿੰਨੀ ਹੈ ਤੇ ਬਲੱਡ ਲਾਈਨ ਕਿਹੜੀ ਹੈਗੀ ਤੇ ਬਾਈ ਜੀ ਚੈੱਕ ਰੂਏ ਸੁਲਤਾਨ ਦਾ ਬੱਚਾ ਹੈ ਇਹ ਠੀਕ ਆ ਬਾਈ ਤੇ 62.5 ਇੰਚ ਦੀ ਹਾਈਟ ਡਾਕਟਰ ਸਾਹਿਬ ਮਿਲ ਕੇ ਗਿਆ ਸੀ ਆ 62.5 ਇੰਚ ਦੀ ਹਾਈਟ ਹੈ ਹਾਂਜੀ ਹਾਂਜੀ ਠੀਕ ਹੈ ਬਸ ਰੇਟ ਕਹਣਾ ਡਾਕਟਰ ਸਾਹਿਬ ਤਾਂ ਮੈਂ ਫੋਨ ਕਰਕੇ ਦੱਸਿਆ ਠੀਕ ਹੈ 63 ਇੰਚ ਹਾਈਟ ਸੁਖੈ ਸਾਡੇ ਪਰ ਮੈਂ ਬਾਹਰ 62.5 ਇੰਚ ਕਹਿਣਾ ਵਾ 62.5 ਇੰਚ ਹਾਈਟ ਆ ਬਾਈ ਤੁਸੀਂ ਦੇਖ ਲਓ ਨਾ ਬਾਕੀ ਸਿਰੇ ਘੋੜਾ ਨਾ ਬਹੁਤ ਸ਼ਕੀਨ ਹੈਗਾ ਤੇ ਜੇ ਬਾਈ ਦੇਕਰ ਏ ਘੋੜਿਆਂ ਦੀ ਆਪਾਂ ਗੱਲ ਕਰੀਏ ਨਾ ਆਹ ਮੁੰਡੇ ਦੀ ਦੇਣ ਵੀ ਇੱਥੇ ਘੋੜੇ ਆਉਣੇ ਹਨਾ ਬਾਈ ਬੁੱਟੇ ਆਹੀ ਮੁੰਡਾ ਹੈ ਹਾਂਜੀ ਹਾਂਜੀ ਆਹੀ ਮੁੰਡਾ ਤੇ ਮੁੰਡੇ ਨੂੰ ਬਾਈ ਸ਼ੌਂਕ ਸੀ ਤੇ ਬਾਈ ਨੇ ਘੋੜੇ ਫੜ ਲਿਆਂਦੇ ਇਹ ਬਾਈ ਚੱਕ ਰੋਹੀ ਵਾਲੇ ਸੁਲਤਾਨ ਦਾ ਬੱਚਾ ਤੇ ਇਹਦੀ ਮਾਂ ਬਾਰੇ ਮਾੜਾ ਮੋਟਾ ਦੱਸ ਇਹਦੀ ਮਾਂ ਲੈ ਲਈ ਜੰਮੀ ਬਾਈ ਜੀ ਦੀ ਮਾਂ ਹੈਗੀ ਆਪਣੇ ਕੋਲ ਖੜੀ ਐ ਠੀਕ ਹੈ ਬਾਈ ਤੇ ਉਹਦੇ ਬਾਈ ਉਹ ਕਿੱਥੋਂ ਲੈਂਦੀ ਸੀਗੀ ਤੇ ਕਿਵੇਂ ਗੱਲ ਵਾਸ ਸੀ ਉਹ ਬਾਈ ਜੀ ਮੈਂ ਤਲਵੰਡੀ ਤੋਂ ਲੈਂਦੀ ਸੀਗੀ ਤਲਵੰਡੀ ਆ ਜਿਹੜੀ ਆਪਣੇ ਕੋਲ ਹੀ ਆ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਦੀ ਲਈ ਸੀ ਬਾਈ ਇਹ ਬਾਈ ਜਮ 65000 ਰੁਪਏ ਦੇ 65000 ਦੀ ਇਹਦੀ ਮਾਂ ਲਈ ਸੀ ਤੇ ਬਾਈ ਮਾਂ ਦਾ ਕੋਈ ਬਲੱਡ ਦਾ ਪਤਾ ਹੈ ਨਹੀਂ ਮਾਂ ਦਾ ਬਲੱਡ ਦਾ ਬਾਈ ਜੀ ਕੋਈ ਠੀਕ ਹੈ ਤੇ ਮਾਂ ਬਾਈ ਇਹ ਤਾਂ ਜਿਵੇਂ ਨੁਕਰੀ ਆ ਨੁਕਰਾ ਹੈ ਨਾ ਤੇ ਮਾਂ ਕਿਹੜੀ ਹੋएगी ਮਾਂ ਬਾਈ ਜੀ ਨੀਲੀ ਚੰਬੀ ਹੈ ਨੀਲੀ ਚੰਬੀ ਆ ਗਈ ਤੇ ਬਾਈ ਫਿਰ ਜੇ ਆਪਾਂ ਕਹਿ ਦਈਏ ਨਾ ਸੁਲਤਾਨ ਦਾ ਹਿਸਾਬ ਨਾਲ ਤਾਂ ਰਿਜ਼ਲਟ ਹੀ ਬੜਾ ਤਕੜਾ ਹੈ ਬਹੁਤ ਚੰਗਾ ਬਾਈ ਜੀ ਕਾਜੀ ਕੋੜੀ ਸੂਈ ਹੈ ਪਿੰਡ ਪੀਪੜਗੇ ਠੀਕ ਹੈ ਬਾਈ ਗੁਰਦਾਸ ਸਿੰਘ ਆ ਬਾਈ ਦਾ ਨਾਮ ਠੀਕ ਹੈ ਬਾਈ ਲਾਲ ਚੰਬੀ ਬਿਸ਼ੇਰੀ ਪਹਿਲੀ ਵਾਰ ਸੋਈ ਹੈ ਉਹਦੇ ਵੀ ਆਪਾਂ ਵਿੱਚ ਚੜਕ ਮਰਵਾ ਦਾਂਗੇ ਬੱਚੇ ਜੀ ਠੀਕ ਆ ਭਾਈ ਵੀਡੀਓ ਆਜੂ ਆਪਣੇ ਕੋਲੇ ਵੀ ਉਹ ਆਪਾਂ ਭਾਈ ਵਿੱਚ ਲਾ ਦਾਂਗੇ ਹਣਾ ਤੇ ਭਾਈ ਉਹ ਬੱਚਾ ਫਿਰ ਇਹਦਾ ਭਾਈ ਗਾਹਾਂ ਰਿਜ਼ਲਟ ਗਾਹਾਂ ਇਹਦਾ ਵੀ ਤਗੜਾ ਹੈ ਹਾਂ ਜੀ ਹਾਂ ਰਿਜ਼ਲਟ ਭਾਈ ਦੇਖ ਕੇ ਆਪ ਹੀ ਪਤਾ ਲੱਗ ਜੂ ਆਪਾਂ ਨੂੰ ਕਹਣ ਦੇ ਲੋਗ ਠੀਕ ਹੈ ਮਤਲਬ ਕਿ ਜੇ ਕਹਿ ਤੀਏ ਵੀ ਸੁਲਤਾਨ ਦੀ ਜਿਹੜੀ ਬਲੱਡ ਲਾਈਨ ਹੈਗੀ ਪੂਰੀ ਵੀ ਆਪਦੇ ਤੇ ਜਾਂਦੀ ਹੈ ਹਾਂ ਜੀ ਹਾਂ ਵੀ ਬੱਚੇ ਪੂਰੇ ਤਗੜੀ ਆਉਂਦੇ ਆ ਕਿ ਠੀਕ ਹੈ ਭਾਈ ਆਹ ਦੇਖ ਲਓ ਭਾਈ ਤੁਸੀਂ ਸੁਲਤਾਨ ਵਾਲੀ ਬਲੱਡ ਲਾਈਨ ਤੇ ਬਾਈ ਹੁਣ ਇਹਦੀ ਉਮਰ ਕਿੰਨੀ ਕਹੂਗੀ ਉਹ ਇਹਦੇ ਬਾਈ 30 ਸਾਲੋਂ ਤੋਂ ਘੱਟ ਆ ਮਰ ਸਾਢੇ 5 ਸਾਲ ਤੋਂ ਬਾਅਦ 6 ਸਾਲ ਤੋਂ ਘੱਟ ਇਹਦੀ ਉਮਰ ਹੈ ਤੇ ਤੁਸੀਂ 56 1/2 ਇੰਚ ਦਾ ਕੱਦ ਦੱਸਿਆ ਹਨਾ ਤੇ ਤੁਸੀਂ ਦੇਖ ਲਓ ਬਾਈ ਜੇ ਆਪਾਂ ਸੁਮਾਰ ਕੇ ਤੁਹਾਨੂੰ ਦਿਖਾਈ ਗਏ ਨਾ ਘੋੜਾ ਤੇ ਬਾਈ ਇੱਕ ਗੱਲ ਹੈ ਪਹਿਲਾਂ ਨਾਲ ਥੋੜਾ ਜਿਹਾ ਲਿੱਸਾ ਨਹੀਂ ਹੋ ਗਿਆ ਲਿੱਸਾ ਬਾਈ ਕਰਮੀ ਜਾ ਦੇ ਹਾਂ ਇਹ ਤਾਂ ਕਿਉਂ ਆਇਆ ਵੀ ਉਹਦੇ ਕਹਿਣ ਨੂੰ ਅੱਖਾਂ ਚੋਂ ਵੀ ਦੁੱਧ ਸੁੱਕਣ ਵਾਲਾ ਕੰਮ ਹੋ ਰਿਹਾ ਹਨਾ ਤੇ ਕੰਨ ਕੰਨ ਦੇਖੋ ਬਾਈ ਘੋੜੇ ਦੇ ਤੁਸੀਂ ਕਿਹੜੇ ਹਿਸਾਬ ਨਾਲ ਜਮਾ ਪੂਰੇ ਹਨਾ ਕੰਮ ਸ਼ਕੀਨ ਆ ਘੋੜੇ ਦਾ ਤੇ ਬਈ ਖਰਾਕ ਇਹਨੂੰ ਫਿਰ ਕਿਹੜੀ ਪੈਂਦੀ ਹੈਗੀ ਕੋਈ ਬੰਲੇਟੀ ਚੌਕਰ ਤੇ ਬਸ ਕਣਕ ਪੀਉਂ ਕੇ ਆਹੀ ਚੀਜ਼ਾਂ ਨੂੰ ਲੈ ਲੇਟੀ ਚੌਕਰ ਤੇ ਕਣਕ ਤੇ ਰੋਸਤ ਦਾ ਕੋਈ ਫਰਕ ਪੈਂਦਾ ਬਈ ਖਰਾਕ ਦਾ ਹਾਂਜੀ ਮਾੜਾ ਮੋਟਾ ਪੈਂਦਾ ਬਈ ਫਿਰ ਸਿਆਲ ਚ ਕਿਹੜੀ ਬਈ ਖਰਾਕ ਹੁੰਦੀ ਹੈ ਮਾੜਾ ਮੋਟਾ ਫਿਰ ਦੱਸ ਰੋਸਤ ਦਾ ਬਈ ਜੀ ਬਸ ਆਪ ਕਣਕ ਰੇਣੇ ਕੇ ਪਾ ਦਨੇ ਆ ਠੀਕ ਆ ਅੱਛਾ ਬਈ ਗਰਮੀ ਦੇ ਵਿੱਚ ਬਈ ਜਿਉਂ ਜਿਵੀ ਠੀਕ ਹੈ ਤੇ ਬਈ ਤੈਨੂੰ ਆਪਾਂ ਤਾਂ ਪੁੱਛਦੇ ਆ ਕਿਉਂਕਿ ਤੇਰਾ ਸਾਰੇ ਬੰਦਿਆਂ ਨੂੰ ਪਤਾ ਹੈ ਵੀ ਤੂੰ ਸੱਚ ਬੋਲਦਾ ਹਾਂਜੀ ਹਾਂ ਇਹੀ ਚੀਜ਼ਾਂ ਨੇ ਤੈਨੂੰ ਵੀ ਫਿਰ ਸ਼ੌਂਕ ਹੈ ਬਾਈ ਕੋੜਿਆਂ ਦਾ ਹਾਂਜੀ ਪੂਰਾ ਸ਼ੌਂਕ ਹੈ ਪੂਰਾ ਸ਼ੌਂਕ ਹੈ ਬਹੁਤ ਬੰਦਾ ਮੈਨਾ ਕੰਮ ਕਰਾਉਂਦਾ ਹੈ ਅੱਛਾ ਪੂਰੀ ਬਾਲ ਮਾਦੇ ਜਨਾ ਹੈ ਨਾ ਮਾਇਰ ਠੀਕ ਹੈ ਜੀ ਆ ਬਾਈ ਬਾਈ ਦੇ ਜਵਾਕ ਹੈ ਦੋਨੇ ਹਨਾ ਤੁਹਾਨੂੰ ਤਾਂ ਹੀ ਦਿਖਾਏ ਆ ਵੀਡੀਓ ਦੇ ਵਿੱਚ ਤੇ ਬਾਕੀ ਮੜਾ ਜਾ ਬਾਈ ਕੋੜਾ ਤੋਰੀ ਇੱਥੇ ਵੀ ਤੋਰ ਲਾ ਬਾਹਰ ਵੀ ਆਪਾਂ ਕੱਢਾਂਗੇ ਤੋਰ ਲਾ ਮੜਾ ਜਾ ਬਾਈ ਇਹ ਆਪਾਂ ਦਿਖਾਉਨੇ ਆ ਬਾਈ ਤੁਹਾਨੂੰ ਜਮਾ ਹਨਾ ਵਿੱਚ ਚਾਹੇ ਖੁੱਲ੍ਹੇ ਹੀ ਛੱਡ ਲੋ ਹੁਣ ਮੈਨੂੰ ਲੱਗਾ ਖਾਈ ਪੀ ਜਾਂਦਾ ਉਹਨੇ ਕੋਈ ਨਾ ਕੁਝ ਨਹੀਂ ਹੋਰ ਤੋਰਨ ਦਾ ਵੀ ਨਹੀਂ ਹੋਣਾ ਕਿਉਂਕਿ ਤੁਰਕੇ ਨਾਲ ਘੋੜੇ ਦਾ ਪਤਾ ਬਹੁਤ ਲੱਗਦਾ ਹੈਗਾ ਹਾਂ ਜਾਂ ਕਰ ਕੀ ਕਿੰਨੀਆਂ ਕ ਘੋੜੀਆਂ ਮੇਟ ਕਰਾਤੀਆਂ ਹੋਣਗੀਆਂ ਬਈ ਇਹ ਤੋਂ 100 ਤੋਂ ਉੱਤੇ ਟੱਪਗੀਆਂ ਬਈ 100 ਤੋਂ ਟੱਪਗੀਆਂ ਆਹ ਦੇਖੋ ਬਈ ਜਵਾਕ ਨੇ ਖੋਲਿਆ ਹਨਾ ਐਡਾ ਆ ਦੇ ਕੰਨ ਕੋ ਨਰਮ ਵੀ ਹੈਗਾਗਾ ਆਪਾਂ ਲਗਾ ਆਪਾਂ ਨੇ ਘੋੜੀਆਂ ਖੜੀਆਂ ਹੈਗਾ ਉਹਨਾਂ ਕ ਨਹੀਂ ਜਾਊਗਾ ਇਹ ਫੇਰ ਬਈ ਐਂ ਛੱਡ ਲੈ ਕੁਝ ਨਹੀਂ ਹੁੰਦਾ ਹਾਂ ਹਾਂ ਇੱਥੇ ਕੁਝ ਨਹੀਂ ਹੁੰਦਾ ਫੇਰ ਬਾਹਰ ਹੋ ਜਾ ਤੁਸੀਂ ਇਹ ਆਪਾਂ ਨਾ ਵਿੱਚ ਹੀ ਖੁੱਲਾ ਹੋ ਕਰਕੇ ਤੇ ਬਾਅਦ ਚ ਫੇਰ ਤੋੜਿਆ ਜਾਊਗਾ ਇਹ ਵੀਡੀਓ ਚ ਆਪਾਂ ਦਿਖਾ ਦਾਂਗੇ ਦੇਖੋ ਭਾਈ ਇਹ ਆ ਬੂਟੇ ਰਾਪਰ ਵਾਲੇ ਵਾਲਾ ਘੋੜਾ ਬੂਟਾ ਸਾਰਿਆਂ ਨੂੰ ਪਤਾ ਇੱਕ ਜਮਾ ਹਨਾ ਖੇਤੀਬਾੜੀ ਵਾਲਾ ਬੰਦਾ ਤੇ ਬੂਟਾ ਇੱਕ ਕਹਿ ਦਈਏ ਵੀ ਜਮਾ ਇਮਾਨਦਾਰ ਬੰਦਾ ਪੂਰਾ ਕਦੇ ਨੇ ਝੂਠ ਨਹੀਂ ਬੋਲਿਆ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਬਾਈ ਦੀ ਬਹੁਤ ਜ਼ਿਆਦਾ ਵਿਊ ਆਏ ਸੀ ਵੀਡੀਓ ਤੇ ਤਾਂ ਹੀ ਦੁਬਾਰੇ ਕਈ ਬੰਦਿਆਂ ਨੇ ਮੈਨੂੰ ਫੋਨ ਕਰਿਆ ਕਹਿੰਦੇ ਬੂਟੇ ਦੇ ਘੋੜੀ ਦੀ ਵੀਡੀਓ ਪਾ ਤੇ ਤਾਂ ਬੂਟੇ ਭਾਈ ਕਿੰਨਿਆਂ ਗੇ ਘੋੜੀਆਂ ਲਵਾਤਾਂ ਹੋਣੀਆਂ ਇਤੋਂ ਹੋਣਾ ਵੀ 100 ਤੋਂ ਉੱਤੇ ਟੱਪ ਚੱਲ ਗਏ 100 ਤੋਂ ਘੋੜੀ ਟੱਪ ਗਈ ਹਾਂਜੀ ਹਾਂਜੀ ਤੇ ਅੱਜ ਤੱਕ ਫਿਰ ਇਹਦੇ ਬੱਚਾ ਕੋਈ ਵੱਧ ਤੋਂ ਵੱਧ ਕਿੰਨੇ ਕਿਰਾ ਵਿਕੇ ਸਾਰਿਆਂ ਦੀ ਡਿਟੇਲ ਆਪਾਂ ਦੇ ਰਹੇ ਹਾਂ ਬੱਚੇ ਦੇ ਕਈ ਬੱਚੇ ਕਾਫੀ ਬੱਚੇ ਆ ਚੁੱਕੇ ਨੇ ਅੱਜ ਤੱਕ ਭਾਈ ਵੱਧ ਤੋਂ ਵੱਧ ਕਿੰਨੇ ਦਾ ਬੱਚਾ ਵਿਕੇ ਦਾ ਬੱਚੇ ਭਾਈ ਜੀ ਇਹਦਾ 12 ਮਹੀਨੇ ਤੇ ਅੱਜ ਆਹ ਜਿਹੜੀ ਵੀਡੀਓ ਦੀ 12 ਮਹੀਨੇ ਤੇ 1716 ਦਿਨਾਂ ਦੀ ਬੱਚੀ ਹੋਈ ਇਹ ਦੀ ਰਾਜਸਥਾਨ ਚ ਖੜੀ ਹੈ ਠੀਕ ਹੈ ਭਾਈ ਮਾਨਸਾ ਥਾਣਕਿਆਂ ਦੇ ਘਰ ਦਾ ਜਨਮ ਹੈ ਬੱਚੀ ਦਾ ਬਿਲਕੁਲ ਗਰੀਬ ਘਰੋਂ ਗਈ ਹੈ ਠੀਕ ਹੈ ਭਾਈ ਅੱਜ ਭਾਈ ਇਹ 16 ਲੱਖ ਰੁਪਏ ਲੱਗ ਚੁੱਕੇ ਆ ਬੰਦੇ ਫੋਨ ਕਰਕੇ ਪੁੱਛ ਸਕਦੇ ਨੇ ਭਾਈ 16 ਲੱਖ ਰੁਪਏ ਇਹਦੇ ਬੱਚੇ ਤੇ ਲੱਗ ਤੇ ਬਾਈ 16 ਲੱਖ ਬਹੁਤ ਵੱਡੀ ਗੱਲ ਹੈ ਨਾ ਕਹਿ ਲੈਣ ਦੀ ਵੀ ਬੱਚਾ ਵੇਖਣਾ ਤੇ ਫਿਰ ਬੂਟੇ ਬਾਈ ਕਿੰਨੀ ਖੂਜੀ ਹੁੰਦੀ ਹੈ ਜਦੋਂ ਤੇਰੇ ਬਹੁਤ ਜ਼ਿਆਦੇ ਬਾਈ ਹੁਣ ਅੱਜ ਘੋੜੀ ਸੂਈ ਐ ਇੱਕ ਆ 10-12 ਦਿਨ ਪਹਿਲਾਂ ਸੂਈ ਸੀ ਠੀਕ ਆਪਾਂ ਵਿੱਚ ਬਹੁਤ ਵਾਂ ਲਾਵਾਂਗੇ ਜ਼ਰੂਰ ਵੀਡੀਓ ਅੱਜ ਪੀਪਲੀਆਂ ਮੰਡ ਸੂਈ ਐ ਬਾਈ ਹਾਂਜੀ ਹਾਂਜੀ ਤੇ ਬਾਈ ਉਹ ਘੋੜੀ ਕਿਹੋ ਜੀ ਸੀ ਘੋੜੀ ਬਾਈ ਲਾਲ ਚੰਬੀ ਚੰਬੀ ਨੇ ਦਿੱਤਾ ਨੋਗਰਾ ਬੱਚਾ ਇਹ ਐ ਰਿਜ਼ਲਟ ਬਾਈ ਹਨਾ ਤੇ ਫਿਰ ਬਾਈ ਇਹਦੀ ਫੀਸ ਕਿੰਨੀ ਕ ਐ ਫਿਰ ਬਾਈ 11000 ਹੁਣ 11000 ਇਹਦੀ ਫੀਸ ਐ ਤੇ ਦੋਸਤੋ ਜੇ ਕਿਸੇ ਭਰਾ ਨੇ ਮੇਟ ਕਰਾਉਣੀ ਹੋਵੇ ਨਾ ਤਾਂ ਪਾ ਬਾਈ ਦਾ ਨੰਬਰ ਵੀ ਸਕਰੀਨ ਤੇ ਲਾਵਾਂਗੇ ਤੇ ਬਾਈ ਬੋਲ ਕੇ ਵੀ ਦੱਸ ਦੂ ਨੰਬਰ ਬਾਈ ਇੱਕ ਵਾਰੀ ਨੰਬਰ ਦੱਸ ਵੀ ਦੇ 98780 ਬਾਈ 98780 78945 78945 ਤੇ ਬਾਈ ਫਿਰ ਇਹਦਾ ਤਾਂ ਨਹੀਂ ਕਦੇ ਮੁੱਲ ਲੱਗਿਆ ਜਾਂ ਕਦੇ ਬਕਾਊ ਕੀਤਾ ਹੋਵੇ ਇਹਦੇ ਬਾਈ ਬਕਾਊ ਨਹੀਂ ਕਰਿਆ ਦੋ ਚਾਰ ਵਾਰੀ ਗਾਹਕ ਵਧੀਆ ਚੰਗੇ ਲੱਗੇ ਸੀ ਬੱਲੇ ਦੇ ਕਿ ਮੈਨੂੰ ਫੋਨ ਵੀ ਕਰਦੇ ਰਹੇ ਨੇ ਠੀਕ ਆ ਬਾਈ ਹਾਂ ਇਟਲੀ ਤੋਂ ਵੀ ਇੱਕ ਵਾਰੀ ਵੀਰੇ ਨੇ ਫੋਨ ਕਿਸੇ ਨੂੰ ਆਇਆ ਅੱਛਾ ਇਟਲੀ ਤੋਂ ਬੰਦੇ ਖਰੀਦਣ ਨੂੰ ਕਹਿੰਦੇ ਸੀ ਇਹਨੂੰ ਤੇ ਬਾਈ ਕਿੰਨਾ ਮੁੱਲ ਲਾਤਾ ਸੀ ਉਹਨਾਂ ਨੇ ਫਿਰ ਉਹ ਕਹਿੰਦੇ ਸੀ ਇਹ ਚੰਗੇ ਆਉਣੇ ਆ ਮੈਂ ਥੋੜਾ ਦਾ ਸਮਾਂ ਦੇ ਬਈ ਮੈਂ ਦੇਖਣਾ ਸੀ ਠੀਕ ਆ ਬਾਈ ਇੱਥੇ ਆਪਾਂ ਗੱਲ ਕਰਦੇ ਆ ਮਤਲਬ ਕਿ ਵੀ ਆਪਾਂ ਵੇਚਣੇ ਨਹੀਂ ਨੀ ਗਏ ਕਹਤਾ ਨਹੀਂ ਦੇਖ ਲਓ ਭਾਈ ਇਟਲੀ ਤੱਕ ਦੇ ਫੋਨ ਆਉਂਦੇ ਆ ਬਾਈ ਕੋਲੇ ਹਨਾ ਤੇ ਨਹੀਂ ਬੂਟੇ ਨੂੰ ਕਿਨੇ ਜਾਣਨਾ ਸੀ ਜੇ ਆ ਘੋੜਾ ਨਾ ਹੁੰਦਾ ਗੱਲ ਹੈਗੀ ਬੂਟੇ ਬਾਈ ਇਹ ਹਾਂ ਹਾਂ ਬਾਈ ਤੇ ਬੂਟੇ ਬਾਈ ਫੇਰਾ ਮੇਨ ਤੌਰ ਤੇ ਨਾ ਜਿਹੜੇ ਨਵੇਂ ਬੰਦੇ ਆ ਨਵੇਂ ਮੁੰਡਿਆਂ ਨੂੰ ਅੱਜ ਕੱਲ ਬਹੁਤ ਸ਼ੌਂਕ ਆ ਘੋੜਿਆਂ ਦਾ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾਗਾ ਤਾਂ ਤਬਈ ਵਸਾ ਖਾਣੇ ਪੀਣੇ ਦੇ ਰੱਖਣਾ ਚਾਹੀਦਾ ਇਹਦਾ ਠੀਕ ਆ ਬਾਈ ਤੇ ਜੇ ਕੋਈ ਨੇ ਪਹਿਲੀ ਵਾਰ ਬੱਚਾ ਲੈਣਾ ਕੋਈ ਮਤ ਤੋਂ ਦੇ ਰੁਪਿਆ ਦੀ ਘੋੜੀ ਲਵੇ ਠੀਕ ਆ ਬਾਈ 50 55000 ਦੇ ਘਰ ਚੰਗੀ ਮਤਲਬ ਕਿ ਮਹਿੰਗੀ ਘੋੜੀ ਨਾ ਲਵੇ ਪਹਿਲੀਆਂ ਚ ਮੈਂ ਮਹਿੰਗੀ ਘੋੜੀ ਲੈ ਮੈਂ ਬਾਈ ਬੂਟੇ ਇੱਕ ਹੋਰ ਸੁਣਿਆ ਕਹਿੰਦੇ ਇਹਨਾਂ ਨੂੰ ਬਿਮਾਰੀ ਵਾਲੀ ਪੈਂਦੀ ਆ ਕਿ ਪੇਟ ਦਾ ਦਰਦ ਪਹਲਾ ਹੁੰਦਾ ਇਹਨਾਂ ਦੇ ਉਹ ਬਈ ਗੱਲਾਂ ਬਾਤਾਂ ਸਾਰੀਆਂ ਐ ਜਿੰਦੋਂ ਕਹਿੰਦੇ ਕਿਸਮਤ ਹਾਰੀ ਹੁੰਦੀ ਐ ਹਾਂ ਬਈ ਸਾਰ ਜਿਹਨੇ ਬਖਸ਼ਿਆ ਜਾਨਵਰ ਜਿਹਦਾ ਸਿੱਧੇ ਹੱਥੋਂ ਫੇਰ ਵਾਲ ਵੇ ਘਾਂਦੇ ਪਿਆ ਠੀਕ ਐ ਬਈ ਅੱਜ ਤੇ ਕਰਵਾਈ ਕੋਈ ਠੀਕਾ ਲਵਾਇਆ ਤੈਨੂੰ ਜਾਨਵਰ ਲੈ ਮੇਰੇ ਕੋਲ ਠੀਕ ਐ ਬਈ ਮੈਂ ਕਦੇ ਗੋਲੀ ਵੀਂ ਦਿੱਤੀ ਐਡੀ ਮੇਰੇ ਸਤਿਗੁਰੂ ਜੀ ਦਾਤ ਬਖਸ਼ੀ ਭਈਆ ਮਤਲਬ ਕਿ ਵੀ ਤੈਨੂੰ ਦਾ ਘੋੜੇ ਨੇ ਬਣਾ ਤਾਣਾ ਇਹ ਹਾਂਜੀ ਹਾਂ ਬਈ ਤੇ ਬਾਈ ਬੁੱਟੇ ਫਿਰ ਹੋਰ ਫਿਰ ਕਾਰੋਬਾਰ ਆਪਣਾ ਕੀ ਹੈਗਾ ਕਾਰੋਬਾਰ ਬਸ ਖੇਤੀ ਕਰਦੇ ਆ ਬਾਈ ਪਹਿਲਾਂ ਠੇਕੇ ਦੇ ਲੈ ਲੈਂਦੇ ਜਬਾਣੇ ਤੇ ਬਾਈ ਰੇਤ ਕੀ ਲੈ ਆਣੀ ਤੇ ਆ ਆਪ ਦਾ ਫਿਰ ਕਿੰਨਾ ਕੁ ਬਾਣ ਆ ਬਾਈ ਆ ਦਾ 5 ਕਿਲੇ ਬਾਣ ਮਤਲਬ ਕਿ ਕੋੜੇ ਦੇ ਸਿਰ ਤੇ ਗੁਜ਼ਾਰਾ ਚੱਲਦਾ ਕਿਉਂਕਿ ਜਿਹੜੀ ਆਪਣੇ ਏਰੀਆ ਦੀ ਜ਼ਮੀਨ ਹੈ ਨਾ ਆਪਾਂ ਕਹਿ ਸਕਦੇ ਆ ਵੀ ਐਡਾ ਬੰਦਾ ਇਹਦੇ ਚ ਕੋਈ ਪ੍ਰੋਫਿਟ ਵਾਲਾ ਕੰਮ ਨਹੀਂ ਹੈਗਾ ਤੇ ਕੋੜੇ ਨਾਲ ਤੇਰਾ ਵਧੀਆ ਚੱਲੀ ਜਾਂਦਾ ਮਹੀਨੇ ਚ ਕਿੰਨੀਆਂ ਕੁ ਕੋੜੀਆਂ ਜਾਂਦੀਆਂ ਬਾਈ ਮਹੀਨੇ ਵਾਸਤੇ ਮੈਨੂੰ 8 ਕੋੜੀਆਂ ਆ ਗਈਆਂ ਸੀ ਮਹੀਨੇ ਠੀਕ ਹੈ ਬਾਈ ਮਤਲਬ ਕਿ ਪਰਮਾਤਮਾ ਨੇ ਵਧੀਆ ਸੁਣੀਆ ਬੁੱਟੇ ਰਾਪਰਾ ਦੀ ਤੇ ਬੂਟੇ ਫਿਰ ਭਾਈ ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਲੋਕ ਕਹਿੰਦੇ ਵੀ ਬੂਟੇ ਦੇ ਘੋੜੇ ਤੋਂ ਹੁਣ ਬਹੁਤ ਜ਼ਿਆਦਾ ਨਾਮ ਚਲਾਦਾ ਇਸ ਘੋੜੇ ਦਾ ਠੀਕ ਹੈ ਭਾਈ ਤੇ ਇਹਨੂੰ ਕਦੇ ਮੇਲੇ 'ਚ ਪਾਇਆ ਹੋਵੇ ਕਿਸੇ 'ਚ ਇਹਨੂੰ ਭਾਈ ਐਤਕੀਤਨ ਮੰਡੀ ਖਾਬੋ ਲੈ ਗਿਆ ਸੀਗਾ ਮੈਂ ਠੀਕ ਹੈ ਭਾਈ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਠੀਕ ਹੈ ਤੇ ਪਹਿਲਾਂ ਮੈਂ ਇੱਕ ਵਾਰ ਹੀ ਹੁਕਸਾ ਸਭ ਲੈ ਗਿਆ ਸੀ ਤਿੰਨ ਸਾਲ ਪਹਿਲਾਂ ਜਿੱਦੋਂ ਠੀਕ ਹੈ ਭਾਈ ਤੇ ਦੋ ਵਾਰੀ ਮਾਨਸਾ ਚੋਂ ਕੰਪੀਟੀਸ਼ਨ ਜਿੱਤੇ ਹੈ ਦੋ ਵਾਰੀ ਕੰਪੀਟੀਸ਼ਨ ਜਿੱਤਿਆ ਹੋਇਆ ਇਹ ਹਾਂਜੀ ਠੀਕ ਹੈ ਭਾਈ ਦੇਖ ਲਓ ਦੋਸਤੋ ਇਹ ਆ ਬੂਟੇ ਵਾਲਾ ਘੋੜਾ ਸਾਰੇ ਬੰਦੇ ਹਨਾ ਜ ਚੰਗੀ ਤਰ੍ਹਾਂ ਜਾਣਦੇ ਆ ਬਾਈ ਨੂੰ ਬੂਟੇ ਨੂੰ ਤੇ ਮੈਂ ਕਈ ਗਰੁੱਪਾਂ 'ਚ ਵੀ ਸੁਣਦਾ ਹੁਣ ਨਾ ਬੂਟਾ ਬੂਟਾ ਹੁੰਦੀ ਹੁੰਦੀ ਹੈਗੀ ਤੇ ਇਹ ਤੋਂ ਬਿਨਾ ਜੇ ਕੋਈ ਹੋਰ ਵੀ ਤੁਹਾਡੇ ਪਸੰਦੀ ਦਾ ਕੋਹੜਾ ਤੁਸੀਂ ਨਾ ਜ਼ਰੂਰ ਲਿਖੋ ਕਮੈਂਟਾਂ ਦੇ ਵਿੱਚ ਉਹ ਤੁਹਾਨੂੰ ਆਪਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਕੋਈ ਕੋਹੜਿਆਂ ਵਾਲਾ ਬੰਦਾ ਭਰਾ ਚਾਹੁੰਦਾ ਹੋਵੇ ਜਾਂ ਸਾਹਣ ਵਾਲਾ ਵੀ ਅਸੀਂ ਵੀ ਵੀਡੀਓ ਪਵਾਉਣੀ ਹੈ ਉਹ ਆਪਣੇ ਨਾਲ ਫੋਨ ਤੇ ਸੰਪਰਕ ਕਰ ਸਕਦਾ 82890 60600 ਤੇ ਬਾਕੀ ਬਾਈ ਬੂਟੇ ਨਾਲ ਜੇ ਕਿਸੇ ਭਰਾ ਨੂੰ ਹੈ ਨਾ ਵਧੀਆ ਲੱਗਦਾ ਕਿਉਂਕਿ ਬੱਚਾ ਹੈ ਹੀ ਬਹੁਤ ਸੋਹਣਾਗਾ ਹੀ ਉਹ ਬੂਟੇ ਭਰਾ ਨਾਲ ਸੰਪਰਕ ਕਰ ਸਕਦਾ ਬਾਈ ਦਾ ਨੰਬਰ ਸਕਰੀਨ ਤੇ ਲਿਖਿਆ ਹੋਇਆ ਹੈਗਾ ਤੇ ਬਾਕੀ ਵੀਡੀਓ ਆਪਾਂ ਹੋਰ ਵੀ ਉਹ ਕਰਾਂਗੇ ਹਨਾ ਤੁਰਦੇ ਫਿਰਦੇ ਦੀ ਵੀ ਬਣਾਵਾਂਗੇ ਤੇ ਜੇ ਕਿਸੇ ਨੇ ਮੇਟ ਕਰਾਉਣੀ ਹੁੰਦੀ ਹੈ ਘੋੜੀ ਬਾਈ ਨਾਲ ਜਰੂਰ ਸੰਪਰਕ ਕਰਿਓ ਬੰਦਾ ਇੱਕ ਨੰਬਰ ਹੈ ਬਾਈ ਬੂਟਾ ਕਦੇ ਗੱਪ ਨਹੀਂ ਮਾਰਿਆ ਝੂਠ ਨਹੀਂ ਹਨਾ ਸੱਚੀਆਂ ਗੱਲਾਂ ਕਰਦਾ ਜਿਹੜੀ ਗੱਲ ਮੂੰਹ ਤੇ ਉਹ ਹੀ ਪਿੱਟਦੀ ਹੈਗੀ ਇਹ ਕੰਮ ਨਹੀਂ ਹੈਗਾ ਵੀ ਯਾਰ ਵੀ ਉਹੀ ਫੋਕੀ ਵਡਿਆਈ ਕਰੀ ਜਾਂਦਾ ਵੀ ਮੇਰਾ ਘੋੜਾ ਆਇਆ ਬਾਗਾ ਬਾਕੀ ਸਾਹਮਣੇ ਹੈ ਘੋੜਾ ਦੇਖ ਲਓ ਤੁਸੀਂ ਹਾਂਜੀ ਦੋਸਤੋ ਤੁਸੀਂ ਘੋੜਾ ਤਾਂ ਦੇਖ ਲਿਆ ਹੁਣ ਚੰਗੀ ਤਰ੍ਹਾਂ ਪਰ ਜਿਹੜੀ ਹੁਣ ਤੁਸੀਂ ਵੀਡੀਓ ਤੇ ਫੋਟੋ ਦੇਖ ਰਹੇ ਹੋ ਨਾ ਘੋੜੀ ਦੀ ਇਹ ਘੋੜੇ ਦੀ ਮਾਂ ਆਂਗੀ ਤੁਸੀਂ ਦੇਖ ਲਓ ਵੀ ਕਿੱਡਾ ਚੰਗਾ ਰਿਜ਼ਲਟ ਆਇਆ ਸੁਲਤਾਨ ਦਾ ਇਹ ਸੁਲਤਾਨ ਤੋਂ ਭਰਾਈ ਸੀ ਤੇ ਬੱਚਾ ਕਿੱਡਾ ਚੰਗਾ ਆਇਆਗਾ ਤੇ ਗਾਹਾਂ ਤੁਸੀਂ ਘੋੜੇ ਕੋਲੇ ਅੱਜ ਆਈਆਂ ਹੋਈਆਂ ਘੋੜੀਆਂ ਦੇਖ ਲਓ ਆ ਘੋੜੀਆਂ ਦੋਨੇ ਘੋੜੇ ਦੇ ਕੋਲੇ ਅੱਜ ਮੇਟ ਹੋਣ ਲਈ ਆਈਆਂ ਹੋਈਆਂ ਬੂਟੇ ਬਾਈ ਦੇ ਕੋਲੇ ਤੇ ਇਸ ਤੋਂ ਬਾਅਦ ਸਾਨੂੰ ਆਪਾਂ ਘੋੜੇ ਦਾ ਰਿਜ਼ਲਟ ਵੀ ਦਿਖਾਉਨੇ ਆ ਆ ਜਿਹੜੀ ਇੱਕ ਤੁਸੀਂ ਹੁਣ ਗਾਹਾਂ ਨਾ ਘੋੜੀ ਦੇਖੋਗੇ ਆ ਸਾਹਮਣੇ ਆ ਗਿਆ ਬਛੇਰਾ ਇਹ ਅੱਜ ਕੋੜੀ ਸੂਈ ਹੈਗੀ ਤੇ ਇਹਦਾ ਬੂਟੇ ਵਾਲੇ ਘੋੜੇ ਤਾਂ ਇਹ ਰਿਜ਼ਲਟ ਹੈਗਾ ਬਾਈ ਜਿਹੜਾ ਤੁਸੀਂ ਆਪਾਂ ਇੰਟਰਵਿਊ ਕਰਕੇ ਹਟਿਆਂਗੇ ਅਣੂ ਘੋੜੇ ਦੇ ਬੱਚੇ ਆ ਇਹ ਜਿਹੜਾ ਬੂਟੇ ਵਾਲਾ ਘੋੜਾ ਹੈਗਾ ਤੁਸੀਂ ਦੇਖ ਲਓ ਵੀ ਕਿੰਨਾ ਚੰਗਾ ਰਿਜ਼ਲਟ ਆਇਆ ਹੈ ਹਨਾ ਕੋੜੀ ਕਹੇ ਜੀ ਹੈ ਤੇ ਬੱਚਾ ਕਿੰਨਾ ਚੰਗਾ ਦਿੱਤਾ ਹੈਗਾ ਇਹ ਘੋੜੇ ਤੇ ਗਿਆ ਬੱਚਾ 100 ਦਾ 100% ਤੇ ਬਾਈ ਵੀ ਮੂਹਰਲਾਣਾ ਫੋਨ ਕਰ ਕਰ ਕੇ ਕਹਿੰਦਾ ਬਾਈ ਰੂਹ ਖੁਸ਼ ਕਰਤੀ ਪੈਸੇ ਦਿੱਤਿਆਂ ਦਾ ਕਹਿੰਦਾ ਮੁੱਲ ਮੁੜ ਗਿਆ ਤੇ ਬੂਟੇ ਦਾ ਮੁੰਡਾ ਕਹਿੰਦਾ ਵੀ ਮੈਂ ਤਾਂ ਕਹਿੰਦਾ ਲੈਣਿਆਂਗੇ ਝੂਟੇ ਤੇ ਤੁਸੀਂ ਮੇਰੀ ਬਣਾਇਓ ਵੀਡੀਓ ਤੇ ਦੋਸਤੋ ਤੁਸੀਂ ਚੱਲਦਾ ਫਿਰਦਾ ਵੀ ਦੇਖੋ ਘੋੜਾ ਤੇ ਬਾਕੀ ਮੇਰੇ ਭਰਾ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਬੂਟੇ ਦਾ ਘੋੜਾ ਕਿਵੇਂ ਲੱਗਿਆ ਕਿਵੇਂ ਗੱਲਬਾਤ ਹੈ ਕਿਉਂਕਿ ਤੁਹਾਨੂੰ ਵੱਧ ਪਤਾਗਾ ਜਿਹੜੇ ਭਰਾ ਘੋੜਿਆਂ ਵਾਲੇ ਹੈਗੇ ਵੀ ਘੋੜੇ ਦੀ ਕਿਵੇਂ ਗੱਲਬਾਤ ਹੈ ਤੇ ਨਹੀਂ ਤਾਂ ਫਿਰ ਤੁਹਾਨੂੰ ਚੱਲਦਾ ਘੋੜਾ ਦੱਸਦਾ ਹੀ ਆ ਹਨਾ ਵੀ ਘੋੜੇ ਦੀ ਕਿੰਨੀ ਅੱਜ ਕੱਲ ਅਵੇਲੇ ਬਲੇ ਇਹ ਵੀ ਸਾਰਿਆਂ ਨੂੰ ਪਤਾ ਹੈ ਵੀ ਘੋੜੇ ਨੇ ਰਾਪਰਪਿੰਡ ਦਾ ਨਾਂ ਚੱਕਤਾ ਰਾਪਰ ਵਾਲੇ ਬੂਟੇ ਦੇ ਪੂਰੇ ਚਰਚੇ ਆ ਇੱਕ ਦੇਸੀ ਆ ਜੱਟ ਸੀ ਖੇਤੀ ਕਰਨ ਵਾਲਾ ਨਰਮਾ ਗੁੜ ਦਾ ਗੁੜਦਾ ਕਹਿੰਦੇ ਮੁੰਡੇ ਦੀ ਬਦੌਲਤ ਘੋੜੀ ਲਿਆ ਤੇ ਅੱਜ ਕਹਿੰਦੇ ਉਦੋਂ ਬਾਅਦ ਘੋੜੀ ਦੇ ਬੱਚੇ ਨੇ ਕਹਿੰਦੇ ਚਰਚੇ ਘਰਾਏ ਪਏ ਆਗੇ ਪੂਰੇ ਤੇ ਨਾਲ ਹੀ ਮੇਰੇ ਭਰਾਜੇ ਕਿਸੇ ਭਰਾ ਨੇ ਹੋਰ ਵੀ ਵੀਡੀਓ ਬਣਾਉਣੀ ਹੁੰਦੀ ਆ ਆਪਣੇ ਨਾਲ ਫੋਨ ਤੇ ਸੰਪਰਕ ਕਰ ਸਕਦਾ 82890 60600 ਧੰਨਵਾਦ ਦੋਸਤੋ ਤੇ ਨਾਲ ਹੀ ਜਿਹੜੇ ਭਰਾਵਾਂ ਨੇ ਆਪਣਾ ਡੀ ਆਰ ਰੰਧਾਵਾ YouTube ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਆਪਣਾ ਫੇਸਬੁੱਕ ਤੇ ਪੇਜ ਹੈ ਡੀਆਰ ਰੰਦਾਵਾ ਫੇਸਬੁੱਕ ਪੇਜ ਵੀ ਜਰੂਰ ਫੋਲੋ ਕਰਿਓ ਤੇ ਦੋਸਤੋ ਅੱਗੇ ਵੀ ਹੋਰ ਵੀਡੀਓ ਇਹ ਜਿਹੀਆਂ ਲੈ ਕੇ ਆਇਆ ਕਰਾਂਗੇ ਸ਼ੁਕਰੀਆ ਜਿਹੜੇ ਭਰਾਵਾਂ ਨੇ ਵੀਡੀਓ ਦੇਖੀ ਧੰਨਵਾਦ ਜੀ ਕੋਈ ਨਹੀਂ ਕੋਈ ਨਹੀਂ